ਈ ਆਗਾਸ਼ ਵਾਨੀ ਜੰਮੂ ਹੈ ਉਨ ਤੋਂ ਸੰਕਸ਼ ਗੋਲੀ ਤੁਮਾਂ ਖਬਰਾਂ ਸੁਨੋ ਈਰਾਨ ਨੇ ਪਾਕਿਸਤਾਨ ਚ ਅਤੰਕੀ ਗੁੱਟ ਦੇ ਟਿਕਾਣੇ ਪਰ ਡਰੋਨ ਤੇ ਮਿਜ਼ਾਈਲ ਅਮਲੇ ਕੀਤਨ ਅਮਲੇ ਚ ਬਲੂਚਿਸਤਾਨ ਦੇ ਦੱਖਣ ਪੱਛਮ ਪ੍ਰਾਂਤ ਦਾ ਇੱਕ ਗ੍ਰਾਮ ਪ੍ਰਭਾਵ ਤੋ ਆਇਆ ਜਿਹੜਾ ਦੋਨੇ ਦੇਸ਼ਾਂ ਦੀ ਸਰਦ ਕਰਨੇ ਸਾਟੇ ਦਾ ਹੈ ਈਰਾਨੀ ਮੀਡੀਆ ਨੇ ਗਲਾਇਆ ਹੈ ਜੇ ਮਿਜ਼ਾਈਲ ਅਤੰਕੀ ਗੁੱਟ ਜੈਸ਼ਰ ਅਦਲ ਦੇ ਦੋ ਟਿਕਾਣੇ ਕੀ ਨਿਸ਼ਾਨਾ ਬਣਾਇਆ ਹੈ ਈ ਗੁੱਟ ਸੈਸਤਾਨ ਬਲੂਚਿਸਤਾਨ ਚ ਸਬਨਿਸ਼ਾ ਸਰਗਰਮ ਤੇ ਅਸਰਦਾਰ ਸੁੰਨੀ ਅਤੰਕੀ ਗੁੱਟ ਹੈ تہران نے اس سموگی پچھلے مہینے سرحد کش پولیس پر دے حملے کن جوڑیا جی دے ایک درجن شا دے ایرانی پولیس ادکاری مارے گئے ہیں اسلے ایران دے اندرونی معاملے سربندی سبندی دے منتری احمد واحدی ہوے آخر ہے حملے جمےدار پاکستان تھما دے دیس داخل ہوئے ہے پاکستان نے جی آخر ہے اران پسیا کی حملے چو بچے کی موت کے تر ہوئے غایل ہوئے پاکستان کے ود منترالی بیاانے مطابق ان حملے کے گیر نتیجے ہوگی ਉਪ ਰਾਜਪਾਲ ਮਨੋਤ ਸੀਨਾ ਅਤੇ ਜਨਰਲ ਵਿਪਨ ਰਾਵਤ ਦੇ ਨਾਮ ਪਰ 12 ਮੋਲਾਜ ਬਣਾਏਗੇ ਜਿਸ ਸਟੇਡੀਅਮ ਕੀ ਕੱਲ ਲੋਕਿੰਗ ਦੇ ਨਮਿਤ ਲਾਇਆ ਦਲੇਰ ਫੌਜੀ ਤੇ ਰਣਨੀਤੀਕਾਰ ਕੀ ਸ਼ਰਧਾਂਜਲੀ ਪੇਂਟ ਕਰਦੇ ਹੋਏ ਲੈਫਟੀਨੈਂਟ ਗਵਰਨਰ ਉਹਨੇ ਉੱਤਰੀ ਕਸ਼ਮੀਰ ਚ ਜਨਰਲ ਵਿਪਿਨ ਰਾਵਤ ਹੁੰਦੇ ਅਮਨ ਸ਼ਾਂਤੀ ਤਰੱਕੀ ਤੇ ਖੁਸ਼ਹਾਲੀ ਲਈ ਲਿੱਤੇ ਗਏ ਉਹਦੇ ਬੇਮਿਸਾਲ ਯੋਗਦਾਨ ਦੀ ਚੇਤਾ ਕੀਤਾ ਬਾਰਾਮੂਲਾ ਚ ਸ਼੍ਰੀ ਸੇਨਾ ਔਰ ਵਿਕਸਿਤ ਭਾਰਤ ਸੰਕਲਪ ਯਾਤਰਾ ਚ ਸ਼ਾਮਲ ਹੋਏ ਤੇ ਸਮਾਜ ਦੇ ਸਭ ਨੇ ਵਰਗੇ ਅਗੇ ਇਹ ਆਹਵਾਨ ਕੀਤਾ ਕਿ ਕੋਈ ਵੀ ਲਾਭਾਰਥੀ ਪਿੱਛੇ ਨਹੀਂ ਰਹੇ ਸ਼੍ਰੀ ਸੇਨਾ ਨੇ ਕਿਹਾ ਜੇ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਲੋਕਾਂ ਦੀ ਬੜੀ ਵੱਧ ਗਿਣਤੀ ਇਸ ਗੱਲ ਦਾ ਸਬੂਤ ਹੈ ਜੇ ਪਿਛਲੇ ਕੇਸ਼ ਬਰੇਂਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ انی نمائندگی چیک سکار بدلاؤ ہوئے ال جی ہوا یو ٹی سکار لوکی دئے آسے میدیں پورا کرنے پوری چالی سکشم ہے جموں کشمی پولیس مہاند ڈی دی جی پی آر آر سون ہوک بک بل تقریب چھ 6000 سرکشا کرمی آتکن سبندی گٹنیں چیوٹی دوران شہید ہوئے جیسے چا سب شا مت سولہ سو جم کشمیر پولیس کرمی ہو ਉਨੇ ਕਹ ਲਾਇਆ ਜੇ ਇਹ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਫਾਜਤਾਂ ਜੰਮੂ ਕਸ਼ਮੀਰ ਪੁਲਿਸ ਦੀ ਵਚਨ ਬੱਧਤਾ ਕੀ ਦੱਸਦਾ ਹੈ ਸ਼ੀਸ਼ਾਨੋਰੇ ਇੱਕ ਗੱਲ ਜੰਦੇ ਰੂਸ ਕਟੂਆ ਚ 12ਵੇਂ ਸ਼ਹੀਦ ਸਮਾਰਕ ਕ੍ਰਿਕਟ ਟੂਰਨਾਮੈਂਟ ਦੇ ਸਮਾਪਨ ਸਮਾਰੋਚ ਆਖੀ ਉਨੇ ਪੁਲਿਸ ਦੇ ਸ਼ਹੀਦ ਨਾਇਕਾਂ ਦੀ ਸ਼ਰਧਾਂਜਲੀ ਵੀ ਦਿੱਤੀ ਮਗਰਾ ਮੀਡੀਆ ਕਨੇ ਗੱਲ ਕਾਟ ਕਰਦੇ ਹੋਏ ਪੁਲਿਸ ਮਾਨ ਦੇਸ਼ਕ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਥਾ ਮੰਨਸ਼ੀਲੇ ਪਦਾਰਥਾਂ ਦੀ ਕਵੈਤੂ ਕੀ ਸਨ ਜੜੇ ਖਤਮ ਕਰਨ ਲਈ ਜੰਮੂ ਕਸ਼ਮੀਰ ਪੁਲਿਸ ਇੱਕ ਟਕੋਦੀ ਨੀਤੀ ਬਣਾ ਜਾ ਕਰ ਦੀਆ ਇਨੇ ਪਦਾਰਥਾਂ ਦੇ ਤਸਕਰੇ ਖਿਲਾਫ ਸਖ਼ਤ ਤੋ ਕਾਰਵਾਈ ਕਰਨ ਦੀ ਗੱਲ ਕਰਦੀ ਹੋਈ ਸ਼੍ਰੀ ਸੁਵੈਨ ਹੋਰੀਆ ਆਖਿਆ ਜੇ ਮਤੇਸਾਲੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਪਾਕਿਸਤਾਨ ਥਮਾ ਕੀਤੀ ਜਾਂਦੀ ਹੈ ਤੇ ਨਸ਼ੀਲੇ ਪਦਾਰਥ ਅਤੰਕਵਾਦ ਤੇ ਇਹਦੇ مالی ਪੋषण ਬਿਸ਼ਕਾਰ ਸਿੱਧਾ ਸਰਬੰਧ ਹੈ ਉੱਤਰ ਪ੍ਰਦੇਸ਼ ਦੇ ਅਯੁੱਧਿਆ ਚ ਸੰਗਾਰੇ 22 ਜਨਵਰੀ ਕੀ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਤੈ ਸਭੇ ਤਿਆਰੀਆਂ ਮੁਕੰਮਲ ਕਰ ਚੁਕੀ ਲਤੀਂ ਦੀਦਿਨ ਸ਼੍ਰੀ ਰਾਮ ਜਨਮ ਭੂਮੀ ਪਾਰਿਸਰਚ ਪ੍ਰਾਣ ਪ੍ਰਤੀਸ਼ਠਾ ਯਾ ਫਿਰ ਰਾਮ ਲਲਾ ਦੀ ਮੂਰਤੀ ਕੀ ਜੀਵਾਦਾਨ ਦੇਣ ਦੇ ਸਮਾਰੋਹ ਕਨ ਜੁੜੀ ਦੀਆਂ ਰਸਮਾਂ ਵਿਧੀ ਵਿਵਧਾਨ ਕੱਲ੍ਹ ਤਮਾਰ ਰਾਮਬੋਈਗੇ ਦਿਨ प्राश्चित अनुष्ठान मगर आज मूर्ति ਦੇ ਪਰਸਰਜ داخਲੋ ਨੇ ਦੀ ਰਸਮੋਗ ਇਹ ਅਨੁਸ਼ਠਾਨ ਤਾਰੀਖ ਅਗਰ ਜਾਰੀ ਰੋਂਗਨਤੇ ਅਗਲੇ ਦਿਨ ਸੰਗਾਰੇ 12:20 ਵਜੇ ਬੀ ਮੰਟੇ ਪਰ ਰਾਮ ਲਲਾਉਂ ਦੇ ਲਈ ਇੱਕ ਵੱਡਾ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਆਯੋਜਿਤ ਕੀਤਾ ਜਾਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੇ ਸਿੱਖੇ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਔਰੇਗੀ ਉੰਦੇ ਪ੍ਰਕਾਸ਼ ਉਤਸਵ ਪਰ ਨਮਨ ਕੀਤਾ। ਸ਼੍ਰੀ ਮੋਦੀ ਹੋਣੇ ਇੱਕ ਸੋਸ਼ਲ ਮੀਡੀਆ ਪੋਸਟ ਉੰਦੀ ਦਲੇਰੀ ਦੇ ਕੰਨੋ ਕਨੀ ਉੰਦੀ ਕਰੁਣਾ ਤੇ ਦਿਆ ਭਾਵਨਾ ਦੀ ਚੇਤਾ ਕੀਤਾ। ਉਨੇ ਗਲਾਇਆ ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੰਦਾ ਜੀਵਨ ਨੇਕੀਨ ਲੋਕੇ ਲਈ ਸ਼ਕਤੀ ਦਾ ਸਰੋਤ ਬਣਦਾ ਹੈ। ਸਾਇੰਸ ਤੇ ਟੈਕਨੋਲੋਜੀ ਮੰਕਮ ਦੇ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰ ਅੱਜ ਹਰਿਆਣਾ ਦੇ ਫਰੀਦাবাদ ਚ ਨੋਵੇਂ ਭਾਰਤੀ ਅੰਤਰਰਾਸ਼ਟਰੀ ਵਿਗਿਆਨ ਉਤਸਵ ਦਾ ਉਦਘਾਟਨ ਕਰਾਰ ਦਿਨ ਇਸ ਉਤਸਵ ਦਾ ਮੁੱਖ ਮਕਸਦ ਵਿਗਿਆਨ जगत ਕੀ ਚੇਤਾ ਕਰਦੇ ਹੋਈ ਈਸੀ ਸਭ ਨੇ ਲਈ ਸੁਗੰ ਬਣਾਣਾ ਹੈ ਇਹ ਉਤਸਵ 2 ਜਨਵਰੀ ਤੱਕ ਅਗਰ ਜਾਰੀ ਰੋਗ ਇਹਦਾ ਮਕਸਦ ਸਾਇੰਸ ਦੀ ਪ੍ਰਤਿਸ਼ਠਾ ਦਾ ਜਸ਼ਨ ਮਨਾਣਾ ਤੇ ਵਿਗਿਆਨ ਕੀ ਆਮ ਲੋਕਾਂ ਕਨੇ ਜੋੜਨਾ ਹੈ ਮਗਮਨ اندਸਿਆ ਜੇ ਇਸ ਉਤਸਵ ਦੌਰਾਨ ਨੌਜਵਾਨ ਵਿਦਿਆਰਥੀ ਮਹਿਲਾ ਸਾਂਝਦਾਨ ਕੋਲੋਂ ਨੇ ਬਣਾਣ ਵਾਲੇ ਸਮਾਜਿਕ ਸੰਗਠਨ ਸਾਇੰਸ ਦੇ ਸਿੱਖਕ ਤੇ ਸਟਾਰਟਅੱਪਸ ਜਿਨੇ ਸਮਾਜ ਦੇ ਬਕਬਕ ਵਰਗੇ ਕੀ ਧਿਆਨਾਂ ਚ ਰੱਖਦੇ ਹੋਈ 17 ਬਕਬਕ ਕਿਸਮੇ ਦੇ ਕਾਰਜਕ੍ਰਮੇ ਦਾ ਸਿਰਜਣਾ ਕੀਤਾ ਜਾ ਕਰਦਾ ਹੈ ਪंजीकरण ਕਰਵਾਏਗੇ ਸਕੂਲਿੰਗ ਕਾਲਜ ਦੇ ਵਿਦਿਆਰਥੀਆਂ ਸਨੇ ਆਮ ਜਨਤਾ ਇਸ ਉਤਸਵ ਦੀ ਦੇਖੀ ਸਕਦੀ ਹੈ ਦਰਜੇਬੰਦੀ ਵਾਲੀ ਏਜੰਸੀ ਫਿਚ ਨੇ ਆਖਿਆ ਹੈ ਜੇ ਭਾਰਤ ਅਗਲੇ ਕੁਝ ਬਰੇਂਚ ਵੀ ਸਭਨੇ ਸ਼ਾ ਤੇਜ਼ੀਆ ਕਰਨੇ ਬਦਾਰ ਦੀ ਅਰਥ ਵਿਵਸਥਾਵਾਂ ਚਾ ਇੱਕ ਬਣੇ ਦਾ ਰੋਗ ਏਜੰਸੀ ਨੇ ਭਾਰਤ ਦੀ ਲੰਮੀ ਅਵਧੀ ਵਾਲੀ ਵਿਦੇਸ਼ ਕਰੰਸੀ ਸਰਬੰਧੀ ਈਸ਼ਵਰ ਡਿਫਾਲਟ ਰੇਟਿੰਗ ਆਈਡੀਆਰ ਕੀ ਬੀਬੀਸੀ ਪਰ ਸਥਿਰ ਦੱਸਿਆ ਹੈ ਮਾਰਚ 2024 ਦੀ ਮੁਕਾਰਦੇ ਮਾਲੀ ਬਾਰੇ ਲਈ ਭਾਰਤ ਦੇ ਆਰਥਿਕ ਵਿਕਾਸ ਦੇ ਅੰਦਾਜ਼ੇ ਦੀ ਵਧਾਈ 6.9% ਕੀਤਾ ਗਿਆ ਹੈ। ਉਹਨਾਂ 2024-25 ਮਾਲੀ ਬਾਰੇ ਚ ਸਕਲ ਕਰੇ ਲੋਤਪਾਦ ਯਾਨੀ ਜੀਡੀਪੀ 6.5% ਹੋਈ ਜਾਗ। ਫਿਊਚਰ ਨੇ ਕਿਹਾ ਹੈ ਜੇ ਆਰਥਿਕ ਵਿਕਾਸ ਲਈ ਰਾਸ਼ਪੂੰਜੀ ਦੀ ਗੈਹ ਸਭਨੇਸ਼ਾ ਮਹੱਤਵਪੂਰਨ ਰਹਿ ਸਕਦੀ ਹੈ ਕਿ ਜੇ ਸਰਕਾਰ ਦਾ ਪੂੰਜੀਗਤ ਖਰਚ ਅਭਿਆਨ ਜਾਰੀ ਰੂਣੇ ਦੀ ਸੰਭਾਵਨਾ ਹੈ ਇਕਮਾਤੋਂ ਪਹਿਲ ਕਦਮੀ ਤਹਿਤ ਜੰਮੂ ਦਾ ਕੈਂਸਰ ਹਸਪਤਾਲ ਪੀਟੀ ਸਕੈਨ ਤੇ ਬ੍ਰੈਕੀਥੈਰੇਪੀ ਜੇ ਨਹੀਂ ਸਹੂਲਤ ਦੇ ਰਾਇ ਮਰੀਜ਼ਾਂ ਲਈ ਉਪਲਬਧ ਸਵੈਇੰਜ ਚ ਬਾਧਾ ਕਰਾ ਕਰਦਾ ਹੈ ਗਵਰਨਮੈਂਟ ਮੈਡੀਕਲ ਕਾਲਜ ਜੰਮੂ ਦੇ ਪ੍ਰਿੰਸੀਪਲ ਡਾਕਟਰ ਆਸ਼ੂਤੋਸ਼ ਗੁਪਤਾ ਅਤੇ ਜ਼ਿਲ੍ਹਾ ਸੰਵਾਦਾਤਾ ਅਨਕੁਸ਼ ਸ਼ਰਮਾ ਕਨੇ ਗੱਲਬਾਤ ਕਰਦੀ ਹੋਈ ਇਹ ਜਾਣਕਾਰੀ ਸਾਂਝੀ ਕੀਤੀ ਡਾਕਟਰ ਗੁਪਤਾ ਨੇ ਦੱਸਿਆ ਜੇ ਬਕਾਇਆ ਰਹਨ ਦੇ ਬਾਕ-ਬਾਕ ਕਮੇਗੀ ਬੜੀ ਤੇਜ਼ੀਆ ਕਨੇ ਤੂੜ ਚਾਰਿਆ ਜਾ ਕਰਦਾ ਸਕੂਲੀ ਸਿੱਖਿਆ ਵਿਭਾਗ ਦੇ ਸਚਿਵ ਪਿਊਸ਼ ਸੇਂਗਲਾਵ ਨੇ ਜੰਮੂ ਸ਼ਹਿਰਾ ਚ ਬਾਕ-ਬਾਕ ਨਮੀਆਂ ਕਾਢੇ ਸਰਬ ਇਹਦੇ ਇਲਾਵਾ ਉਹਨੇ ਜੰਮੂ ਕਸ਼ਮੀਰ ਦੇ ਮੁੱਖ ਸਿੱਖਿਆ ਅਧਿਕਾਰੀਆਂ ਵਾਸਤੇ ਆਯੋਜਿਤ ਕਾਰਜਸ਼ਾਲਾ ਦੇ ਸਮਾਪਨ ਸੈਟਰ ਦੇ ਵੀ ਪ੍ਰਦਾਨਤਾ ਕੀਤੀ। ਇਸ ਕਾਰਜਸ਼ਾਲਾ ਦਾ ਵਿਸ਼ਾ ਅੰਡਰਸਟੈਂਡਿੰਗ ਲਾਈਫ ਲੌਂਗ ਲਰਨਿੰਗ ਫਾਰ ਆਲ ਇਨ ਸੋਸਾਇਟੀ ਯਾਨੀ ਸਮਾਜ ਸਾਰੇ ਵਾਸਤੇ ਜੀਵਨ ਭਰ ਸਿੱਖਣ ਦੀ ਲੋੜ ਦੀ ਸਮਝ ਪਿਊਸ਼ ਸਿੰਘਲਾ ਨੇ ਆਖਿਆ ਜੇ ਇਹਦਾ ਮਕਸਦ ਸਿਰਫ ਬੁਨਿਆਦੀ ਸਾਖਰਤਾ ਕਰਨੇ ਗਿਆ ਜੁੜਨਾ ਨਹੀਂ ਸਗੋਂ 21ਵੀਂ ਸਦੀ ਦੇ ਨਾਗਰਿਕੀਆਂ ਸੇ ਦੁਈਆਂ ਜ਼ਰੂਰਤਾਂ ਜੀਆਂ ਅਹਿਮ ਜੀਵਨ ਕੋਸ਼ਲ ਵਿਕਸਿਤ ਕਰਨਾ ਵੀ ਹੈ। ਖਬਰਾਂ ਦੇ ਇਸ ਬੁਲੇਟਿਨ ਚ ਬਸ ਇੰਨਾ ਗੈ